ਵਾਹਿਗੁਰੂ ਸਾਹਿਬ ਜੀ ਧੰਨ ਵਾਹਿਗੁਰੂ ਸਾਹਿਬ ਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਅੱਜ ਅਸੀਂ ਆਪ ਜੀ ਦੇ ਨਾਲ ਬੀਰ ਰਸੀ ਸ਼ਬਦ ਦੀ ਵਿਚਾਰ ਸਰਲ ਅਤੇ ਬੜੀ ਹੀ ਸੂਖਸ਼ਮ ਵਿਚਾਰ ਸਾਂਝੀ ਕਰਨ ਜਾ ਰਹੇ ਹਾਂ ਜੋ ਦਸਮ ਪਾਤਸ਼ਾਹ ਜੀ ਦੀ ਬਾਣੀ ਇਹ ਬੀਰ ਰਸੀ ਜਿਸ ਛੰਦ ਦਾ ਨਾਮ ਹੈ ਸੰਗੀਤ ਪੁਜੰਗ ਪਰਿਆਤ ਛੰਦ ਇਸ ਛੰਦ ਦਾ ਨਾਮ ਸੰਗੀਤ ਪੁਜੰਗ ਪਰਿਆਤ ਛੰਦ ਹੈ ਸਤਗੁਰੂ ਜੀ ਫਰਮਾਉਂਦੇ ਹਨ ਆਓ ਬਾਣੀ ਵੱਲ ਔਰ ਵਿਚਾਰ ਵੱਲ ਧਿਆਨ ਦੇਣਾ ਕਾਗੜਦੰ ਕਾਤੀ ਕਟਾਰੀ ਕੜਾਕੰ ਸਤਗੁਰੂ ਜੀ ਇਸ ਬਾਣੀ ਰਈ ਫਰਮਾ ਰਹੇ ਭਾਈ ਛੁਰੀਆਂ ਅਤੇ ਕਟਾਰੀਆਂ ਕੜ-ਕੜ ਕਰ ਰਹੀਆਂ ਸਨ ਕਾਗੜਦੰ ਕਈ ਬੀੜਾਂ ਵਿੱਚ ਤਾਂ ਤੋਂ ਬਾਦ ਗਾ ਅੱਖਰ ਵਾਧੂ ਲਿਖਿਆ ਮਿਲਦਾ ਹੈ। ਤਾਗੜਦੰ ਤੀਰੰ ਤੁਬਕੰ ਤੜਾਕੰ ਤੀਰ ਤਾੜ-ਦਾੜ ਕਰ ਰਹੇ ਸਨ ਅਤੇ ਬੰਦੂਕਾਂ ਤੜਾਕ ਤੜਾਕ ਕਰ ਰਹੀਆਂ ਸਨ। ਝਾਗੜਦੰ ਨਾਗੜਦੰ ਬਾਗੜਦੰ ਬਾਜੀ 60 ਵੱਜਣ ਨਾਲ ਨਗਾਰਿਆਂ ਵਿੱਚੋਂ ਜ਼ੋਰ ਦੀ ਆਵਾਜ਼ ਨਿਕਲਦੀ ਸੀ ਗਗੜਦੰ ਗਾਜੀ ਮਹਾ ਗੱਜ ਗਾਜੀ ਗੜ ਗੜ ਦੀ ਧੁਨੀ ਨਾਲ ਸੂਰ ਬੀਰ ਗਾਜੀ ਜ਼ੋਰ ਨਾਲ ਗੱਜ ਰਹੇ ਸਨ ਸਾਗੜਦੰ ਸੂਰੰ ਕਾਗੜਦੰ ਕੋਪੰ ਸੜ ਸੜਾਟ ਕਰਦੇ ਸੂਰਮੇ ਕਰੋਧ ਨਾਲ ਕੜਕ ਰਹੇ ਸਨ ਪਾਗੜਦੰ ਪਰਮੰ ਰਣੰ ਪਾਵ ਰੂਪੰ ਰਣ ਭੂਮੀ ਵਿੱਚ ਪੂਰੀ ਤਕੜਾਈ ਨਾਲ ਪੈਰ ਜਮਾਏ ਹੋਏ ਸਨ ਸਾਗੜਦੰ ਸ਼ਸਤਰੰ ਝਾਗੜਦੰ ਝਾਰੈ ਸਾੜ ਸਾੜ ਕਰਦੀ ਸ਼ਸਤਰ ਝਟਪਟ ਝਾੜ ਰਹੇ ਸਨ ਬਾਗੜਦੰਗ ਬੀਰੰ ਡਾਗੜਦੰਗ ਡਕਾਰੇ ਮਾਫ ਕਰਨਾ ਇਸ ਪੰਕਤੀ ਨੂੰ ਪੜਨ ਦੇ ਵਿੱਚ ਥੋੜਾ ਜਿਹਾ ਸਾਨੂੰ ਉਕਾਈ ਅਸੀਂ ਖਾਦੀ ਹੈ ਧਿਆਨ ਦੇਣਾ ਦੁਬਾਰਾ ਪੜ ਲੈਨੇ ਹਾਂ ਬਾਗੜਦੰਗ ਬੀਰੰ ਡਾਗੜਦੰਗ ਡਕਾਰੇ ਅਤੇ ਬਾਗੜ ਦੇਸ਼ ਦੇ ਸੂਰਮੇ ਡਕਾਰ ਰਹੇ ਸਨ ਗਾਗੜਦੰਗ ਚੌਪੇ ਬਾਗੜਦੰਗ ਬੀਰੰ ਬਾਗੜ ਦੇਸ਼ ਦੇ ਵੀਰ ਜੋਸ਼ ਚੌਪ ਨਾਲ ਲਲਕਾਰਦੇ ਸਨ ਮਾਗੜਦੰਗ ਮਾਰੇ ਤਨੰ ਤਿਸ਼ ਤੀਰੰ ਮਾੜਿਆਂ ਦੇ ਸਰੀਰ ਵਿੱਚ ਤਿੱਖੇ ਤੀਰ ਮਾਰਦੇ ਸਨ ਤਨੀ ਗਾਗੜਦੰਗ ਜੇ ਸੋਭ ਜੇ ਗਹਿਰੇ ਵੱਡੇ ਵੱਡੇ ਨਗਾਰੇ ਜੋਰ ਨਾਲ ਗਰਜਦੇ ਸਨ ਕਾਗੜੰ ਕਵੀਆਂ ਕਥੈ ਕਥੀਰੇ ਅਤੇ ਕਵੀ ਕੜਾਕੀਦਾਰ ਸ਼ੰਦ ਕਥੀਰੇ ਗਾ ਰਹੇ ਸਨ ਦਾਗੜਦੰਗ ਦੰਨੋ ਭਾਗੜਦੰਗ ਭਾਜੀ ਪਘੋੜੇ ਦੰਤ ਦਗੜ ਦਗੜ ਕਰਕੇ ਭਜ ਰਹੇ ਸਨ ਗਗੜਦੰ ਗਾਜੀ ਜਾਗੜਦੰ ਗਾਜੀ ਸੂਰਬੀਰ ਜਗਹ ਜਗਹ ਗੜਗੜ ਕਰਦੇ ਗੱਜ ਰਹੇ ਸਨ ਸ਼ਾਗੜਦੰ ਸ਼ੋਹੀ ਸ਼ੂਰੇ ਪਰੇਸ਼ੜਾਕੇ ਸ਼ੁਰੀਆਂ ਅਤੇ ਸ਼ਮੀਆਂ ਦੀ ਛਾੜ ਛਾੜ ਕਰਦੇ ਛੜਾਕੇ ਪੈਂਦੇ ਸਨ ਤਾਗੜਦੰਗ ਤੀਰੰ ਤੁਪਕੰ ਤੜਾਕੇ ਅਤੇ ਤੀਰਾਂ ਦੇ ਤੜਾਕੇ ਤੇ ਬੰਦੂਕਾਂ ਦੇ ਗੜਾਕੇ ਹੋ ਰਹੇ ਸਨ ਗਾਗੜਦੰਗ ਗੁਮਾਇ ਗਜੇ ਗਹਿਿਰੰ ਗੜਗੜ ਕਰਦੇ ਰਣਸਿੰਘੀ ਜ਼ੋਰ ਨਾਲ ਗੱਜ ਰਹੇ ਸਨ ਸਾਗੜਦੰਗ ਸੰਕੰ ਨਾਗੜਦੰਗ ਨਫੀਰੰ ਸੰਖਾਂ ਦੀ ਆਵਾਜ਼ ਅਤੇ ਤੂਤੀਆਂ ਦੀ ਧੁਨੀ ਹੋ ਰਹੀ ਸੀ ਬਾਗੜਦੰਗ ਬਾਜੇ ਬਜੇ ਬੀਰ ਖੇਤੰ ਸੂਰਮੇ ਬਾਗੜ ਦੇਸ਼ ਦੇ ਵਾਜੇ ਵਜਾ ਰਹੇ ਸਨ ਨਾਗੜਦੰਗ ਨਾਚੇ ਸੁਭੂਤੰ ਪਰਿਤੰ ਅਤੇ ਭੂਤ ਪ੍ਰੇਤ ਲੰਗੇ ਹੋ ਕੀ ਨੱਚ ਰਹੇ ਸਨ ਤਾਗੜਦੰ ਤੀਰੰ ਬਾਗੜਦੰ ਬਾਣੰ ਦੋ ਖੰਭੀਏ ਬਾਣ ਤੜ ਤੜ ਕਰਦੇ ਚੱਲਦੇ ਸਨ ਕਾਗੜਦੰ ਕਾਤੀ ਕਟਾਰੀ ਕਿਰਪਾਨੰ ਸ਼ੁਰੀਆਂ ਕਟਾਰੀਆਂ ਅਤੇ ਕਿਰਪਾਨਾਂ ਦੀ ਕੜਕਾਰ ਹੁੰਦੀ ਸੀ ਨਾਗੜਦੰਗ ਨਾਦੇ ਬਾਗੜਦੰਗ ਬਾਜੀ ਬਾਗੜ ਦੇਸ਼ ਦੇ ਨਗਾਰਿਆਂ ਵਿੱਚੋਂ ਧੁਨੀ ਨਿਕਲ ਰਹੀ ਸੀ ਸਾਗੜਦੰਗ ਸੂਰੰ ਰਾਗੜਦੰਗ ਰਾਜੀ ਅਤੇ ਸਾਰੇ ਸੂਰਮੇ ਇਨ੍ਹਾਂ ਨਗਾਰਿਆਂ ਦੀ ਨਾਦ ਵਿੱਚ ਮगन ਹੋ ਕੇ ਜੰਦ ਕਰ ਰਹੇ ਸਨ ਸਾਗੜਦੰਗ ਸੰਖੰ ਨਾਗੜਦੰਗ ਨਫੀਰੰ ਸੰਖਾ ਦੀ ਆਵਾਜ਼ ਅਤੇ ਤੂਤੀਆਂ ਦੀ ਧੁਨੀ ਹੋ ਰਹੀ ਸੀ ਗਾਗੜਦੰਗ ਗੋਮਾਇ ਗਜੇ ਗਹੀਰੰ ਰਣ ਸਿੰਘੇ ਬਹੁਤ ਗੰਭੀਰ ਨਾਦ ਕੱਢ ਰਹੇ ਸਨ ਨਾਗੜਦੰਗ ਨਗਾਰੇ ਬਾਗੜਦੰਗ ਬਾਜੇ ਬਾਗੜ ਦੇਸ਼ ਦੇ ਵਾਜੇ ਅਤੇ ਨਗਾਰੇ ਵਜ ਰਹੇ ਸਨ ਜਾਗੜਦੰਗ ਜੋਦਾ ਗਾਗੜਦੰਗ ਗਾਜੀ ਅਤੇ ਸੂਰਮੇ ਜਗਹ ਜਗਹ ਗੱਜ ਰਹੇ ਸਨ ਨਾਗੜਦੰਗ ਨਗਾਰੇ ਬਾਗੜਦੰਗ ਬਾਜੀ ਬਾਗੜ ਦੇਸ਼ ਦੇ ਵਾਜੇ ਅਤੇ ਨਗਾਰੇ ਵਜ ਰਹੇ ਸਨ ਜਾਗੜ ਦੰ ਜੋਦਾ ਗਾਗੜ ਦੰ ਗਾਜੇ ਅਤੇ ਸੂਰਮੇ ਜਗਹਿ ਜਗਹਿ ਗੱਜ ਰਹੇ ਸਨ ਭੁੱਲਾਂ ਚੁੱਕਾਂ ਦੀ ਸਾਧ ਸੰਗਤ ਜੀ ਖਿਮਾ ਕਰਨੀ ਗੁਰਬਾਣੀ ਮਹਿੰਗੀ ਹੈ ਅਗਾਧ ਬੋਧ ਹੈ ਸਾਡੇ ਪਾਸੋਂ ਪੜਦਿਆਂ ਵਿਚਾਰ ਕਰਦਿਆਂ ਅਯਾਣੇ ਜੀ ਹਾਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਹਨ ਸਤਿਗੁਰੂ ਜੀ ਆਪ ਸਾਧ ਸੰਗਤ ਜੀ ਬਖਸ਼ਣ ਹਾਰ ਹੋ ਬਖਸ਼ ਲੈਣਾ ਆਉ ਬਲਾਉ ਫਤਿ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ